ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹਾਂ ਜੀ ਗੁਜਰਾਤ ਵੱਲ ਵੱਧ ਰਿਹਾ ਹੈ ਚੱਕਰਵਾਤੀ ਤੂਫਾਨ ਤੇ ਚੇਤਾਵਨੀ ਜਾਰੀ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਗੁਜਰਾਤ ਦੱਖਣੀ ਪੋਰ ਬੰਦਰ ਚ ਦੱਖਣ ਪੂਰਬ ਅਰਬ ਸਾਗਰ ਤੇ ਡੂੰਘੇ ਦਬਾਅ ਦਾ ਖੇਤਰ ਚੱਕਰਵਾਤੀ ਤੂਫਾਨ ਬਿਪਰ ਜੋਏ ਜ ਤਬਦੀਲ ਹੋ ਗਿਆ ਹੈ ਇਸ ਚੱਕਰਵਾਤੀ ਤੂਫਾਨ ਦਾ ਨਾਂ ਬੰਗਲਾਦੇਸ਼ ਰੱਖਿਆ ਗਿਆ ਹੈ ਚੱਕਰਵਾਤ ਕਰਕੇ ਗੁਜਰਾਤ ਦੇ ਸਮੁੰਦਰੀ ਕੰਢੇ ਤੇ 45 ਤੋਂ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ ਅਤੇ ਇਸ ਦੀ ਰਫ਼ਤਾਰ 65 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਮੌਸਮ ਵਿਭਾਗ ਨੇ ਮਛੇਰਾਂ ਨੂੰ ਸੁੰਦਰ ਜਨਾਂ ਜਾਣ ਨੂੰ ਕਿਹਾ ਗੁਜਰਾਤ ਨੇ ਸਾਰੇ ਬੰਦਰਗਾਹਾਂ ਨੂੰ ਚੇਤਾਵਨੀ ਸੰਚੇਤ ਚਾਲੂ ਕਰਨ ਲਈ ਕਿਹਾ ਖਰਾਬ ਮੌਸਮ ਕਰਕੇ ਮਛੇਰਾਂ ਨੂੰ ਡੂੰਘੇ ਸਮੁੰਦਰ ਚ ਜਾ ਨਾ ਜਾਣ ਲਈ ਕਿਹਾ ਗਿਆ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਚੱਕਰਵਾਤੀ ਤੂਫਾਨ ਵੀਰਵਾਰ ਸਵੇਰੇ ਤੱਕ ਭਿਆਨਕ ਚੱਕਰਵਾਤੀ ਤੂਫਾਨ ਚ ਬਦਲਣ ਅਤੇ ਸ਼ੁੱਕਰਵਾਰ ਸ਼ਾਮ ਤੱਕ ਇਸ ਦੇ ਵਿਸ਼ਾਰ ਰੂਪ ਲੈਣ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਇੱਕ ਬੁਲੇਟਿਨ ਚ ਕਿਹਾ ਕਿ ਘੱਟ ਦਬਾਅ ਦਾ ਖੇਤਰ ਮੰਗਲਵਾਰ ਸਵੇਰੇ 8 ਵਜੇ ਪੱਛਮ ਦੱਖਣ ਦੇ ਗੋਆ ਤੋਂ ਲਗਭਗ 950 ਕਿਲੋਮੀਟਰ ਦੱਖਣ ਪੱਛਮ ਪੂਰਬੀ ਤੋਂ ਮੁੰਬਈ ਤੋਂ 1100 ਕਿਲੋਮੀਟਰ ਦੱਖਣ ਪੂਰ ਬੰਦਰ ਤੋਂ 1190 ਕਿਲੋਮੀਟਰ ਤੇ ਪਾਕਿਸਤਾਨ ਚ ਦੱਖਣ ਕਰਾਰੀ ਤੋਂ 1490 ਕਿਲੋਮੀਟਰ ਬਣਿਆ ਹੋਇਆ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਤਨਵਾਦ